ਇਹ ਗਾਣਾ ਜੋ ਮੈਂ ਬਚਪਨ ਤੋਂ ਸੁਣ ਸੁਣ ਕੇ ਵੱਡਾ ਹੋਇਆ ਹੈਗਾ, ਗਾਣੇ ਦਾ ਟਾਈਟਲ ਹੈਗਾ ਦੋਵੇਂ ਜਾਣੀਆਂ। ਨੌਨ ਲੈਂਗੁਏਜਿਸ ਦੇ ਵਿੱਚ ਗਾਣਾ ਹੈਗਾ ਅਤੇ ਸਲੋ ਸੌਂਗਸ ਵੀ ਮੈਂ ਗਾਉਂਦਾ ਹੈਗਾ ਅਤੇ ਮਾਹੌਲ ਜਦੋਂ ਹੋ ਜਾਏ ਉਦੋਂ ਦਾ ਮੈਂ ਗਾ ਵੀ ਦਿੰਦਾ, ਪਰ ਮੇਰੇ ਜਿਹੜੇ ਆਪਣੇ ਓਰਿਜਨਲ ਜੋ ਮੇਰੇ ਅੰਦਰੋਂ ਨਿਕਲਦਾ ਨਾ ਉਹ ਨਚਾਉਣ ਨੂੰ ਨਿਕਲਦਾ ਹੈਗਾ। ਸੁਖਬੀਰ ਦੇ ਗਾਣੇ ਤਾਂ ਸਾਰੇ ਸੁਣਦੇ ਨੇ, ਪਰ ਸੁਖਬੀਰ ਕਿਸ ਦੇ ਗਾਣੇ ਸੁਣਨਾ ਪਸੰਦ ਕਰਦਾ? ਅੱਜ ਕੱਲ੍ਹ ਦੇ ਜੇ ਸਿੰਗਰਸ ਦੀ ਗੱਲ ਕਰੀਏ, ਪੰਜਾਬ ਦੇ ਸਿੰਗਰਸ ਦੀ ਗੱਲ ਕਰੀਏ, ਸੁਖਬੀਰ ਕਿਸ ਕੌਣ ਸੇ ਸਿੰਗਰਾਂ ਨੂੰ ਸੁਣਨਾ ਪਸੰਦ ਕਰਦਾ? ਸਾਰਿਆਂ ਤੋਂ ਟੋਪ 'ਤੇ ਮੇਰੇ ਲਈ ਦਿਲਜੀਤ ਦੋਸਾਂਝ ਹੈਗੇ ਨੇ, ਉਹਨਾਂ ਦੇ ਗਾਣੇ ਮੈਨੂੰ ਬੜੇ ਅੱਛੇ ਲੱਗਦੇ, ਮੈਂ ਖੁਦ ਵੀ ਗਾਉਂਦਾ ਹੈਗਾ, ਜਿੱਦਾਂ ਭੰਜ ਤਾਰਾ ਟਿੱਕੀ ਉੱਥੇ ਨਾ, ਬੜੇ ਬੜੇ ਅੱਛੇ ਉਹਨਾਂ ਦੇ ਗਾਣੇ ਹੈਗੇ ਆ। ਉਹ ਦੋਵੇਂ ਜਾਣੀਆਂ ਗਿੱਧੇ ਦੀਆਂ ਰਾਣੀਆਂ, ਉਹ ਪਾ ਕੇ ਗੋਲ ਗੋਲ ਉਹ ਕੰਨੀ ਵਾਲੀਆਂ, ਹਾਏ ਕਿੰਜ ਨੱਚਦੀਆਂ ਦੇਖੋ ਡੁੱਬ ਜਾਣੀਆਂ, ਉਹ ਮਿੱਤਰਾਂ ਦਾ ਹੋਏ ਹੋਏ ਉਹ ਮਿੱਤਰਾਂ ਦਾ, ਉਹ ਮਿੱਤਰਾਂ ਦਾ ਮਨ ਮੋਣੀਆਂ, ਉਹ ਮੇਰੇ ਹਾਣੀਓ ਝੂਠ ਨਾ ਜਾਣੀਓ, ਉਹ ਨੱਚਦੀਆਂ ਦੋਵੇਂ ਸੋਹਣੀਆਂ, ਉਹ ਨੱਚਦੀਆਂ ਦੋਵੇਂ ਸੋਹਣੀਆਂ। ਪੰਜਾਬ ਦਾ ਉਹ ਸਿੰਗਰ ਜਿਸ ਦੇ ਗਾਣੇ ਇਕੱਲਾ ਪੰਜਾਬ ਹੀ ਨਹੀਂ, ਇੰਡੀਆ ਹੀ ਨਹੀਂ, ਪੂਰੇ ਵਰਲਡ ਵਾਈਡ ਕਈ ਕਈ ਸਾਲ ਕਈ ਕਈ ਦਸ਼ਕਾਂ ਤੋਂ ਲੋਕ ਉਸ ਤਰ੍ਹਾਂ ਹੀ ਗੁਣਗੁਣਾ ਰਹੇ ਨੇ ਜਿਵੇਂ ਨਵਾਂ ਰਿਲੀਜ਼ ਹੋਇਆ ਹੋਵੇ। ਮੇਰੇ ਨਾਲ ਨੇ ਪੰਜਾਬ ਦੇ ਸਿੰਗਰ ਸੁਖਬੀਰ ਸਿੰਘ, ਜੋ ਅੱਜ ਲੁਧਿਆਣਾ ਪਹੁੰਚੇ ਹੋਏ ਨੇ, ਗੱਲਬਾਤ ਕਰ ਲੈਂਦੇ ਹਾਂ ਉਹਨਾਂ ਦੇ ਨਾਲ, ਕਿਉਂਕਿ ਨਵੇਂ ਪ੍ਰੋਜੈਕਟ ਵੀ ਲੈ ਕੇ ਆਏ ਨੇ, ਨਵੇਂ ਗਾਣੇ ਵੀ ਉਹਨਾਂ ਦੇ ਰਿਲੀਜ਼ ਹੋ ਰਹੇ ਨੇ। ਸੁਖਬੀਰ ਜੀ, ਲੁਧਿਆਣਾ ਆਇਓ, ਪਹਿਲਾਂ ਤਾਂ ਸਵਾਗਤ ਆ। ਥੈਂਕ ਯੂ ਸੋ ਵੈਰੀ ਮੱਚ ਜੀ, ਥੈਂਕ ਯੂ। ਕੀ ਹਾਲ ਹੈ ਤੁਹਾਡਾ? ਵਧੀਆ ਜੀ, ਥੈਂਕ ਯੂ ਵੈਰੀ ਮੱਚ ਸਰ। ਕਾਫੀ ਟਾਈਮ ਤੋਂ ਨਵੇਂ ਸੌਂਗ ਨਹੀਂ ਆ ਰਹੇ ਸੀ, ਨਵੇਂ ਪ੍ਰੋਜੈਕਟ ਲੈ ਕੇ ਆਇਓ, ਕੀ ਨਵੇਂ ਪ੍ਰੋਜੈਕਟ ਨੇ? ਪਹਿਲਾ ਪ੍ਰੋਜੈਕਟ ਹੈਗਾ ਗਾਣਾ ਜੋ ਮੈਂ ਬਚਪਨ ਤੋਂ ਸੁਣ ਸੁਣ ਕੇ ਵੱਡਾ ਹੋਇਆ ਹੈਗਾ, ਗਾਣੇ ਦਾ ਟਾਈਟਲ ਹੈਗਾ ਦੋਵੇਂ ਜਾਣੀਆਂ, ਅਤੇ ਇਹ ਹੀਰਾ ਗਰੁੱਪ ਸੀਗੇ UK ਤੋਂ, ਬਹੁਤ ਹੀ ਫੇਮਸ ਹੋਏ ਸਾਡੇ ਕੇਨੀਆ ਦੇ ਵਿੱਚ ਅਤੇ ਸਾਰੀ ਵਰਲਡ ਦੇ ਵਿੱਚ ਇਹਨਾਂ ਦੇ ਗਾਣੇ, ਪੰਜਾਬੀ ਕਮਿਊਨਿਟੀ ਦੇ ਵਿੱਚ ਨੌਨ ਪੰਜਾਬੀ ਵੀ ਬਹੁਤ ਹੀ ਸੁਣਦੇ ਸੀਗੇ ਇਹਨਾਂ ਨੂੰ, ਅਤੇ ਸੋ ਮੇਰੇ ਦਿਲ ਦੇ ਬੜੇ ਕਰੀਬ ਸੀਗਾ। ਅਤੇ ਉਹਨਾਂ ਦਾ ਜਿਹੜੇ ਓਰਿਜਨਲ ਸਿੰਗਰ ਸੀਗੇ ਤਾਮੀ ਸਾਹਿਬ, ਉਹਨਾਂ ਦਾ ਬੇਟਾ ਜੋ ਸੀਗਾ ਐਚ ਤਾਮੀ, ਉਹਨਾਂ ਨੇ ਮੈਨੂੰ ਪ੍ਰਪੋਜ਼ ਕੀਤਾ ਸੀ ਕਿ ਆਪਾਂ ਕਰੀਏ, ਅਤੇ ਅਸੀਂ ਇਹ ਸੋਚ ਹੀ ਰਹੇ ਸੀ ਗਾਣਾ ਕਰਨਾ ਹੈਗਾ, ਅਤੇ ਫਿਰ ਇੱਕ ਔਫਰ ਆਈ ਸੀ ਕਿ ਸੋਨੀ ਮਿਊਜ਼ਿਕ ਅਤੇ ਯੂਟਿਊਬ ਇੰਡੀਆ ਇੱਕ ਸ਼ੋਅ ਕਰ ਰਹੇ, ਸਟ੍ਰੇਟ ਅਪ ਪੰਜਾਬ ਦਾ ਨਾਮ ਸੀ, ਉਹਦੇ ਵਿੱਚ ਬਾਦਸ਼ਾਹ ਸੀ, ਨੇਹਾ ਕੱਕੜ, ਰਫਤਾਰ, ਮੈਂ ਸੀਗਾ, ਮਿੱਕੀ ਸਿੰਘ, ਟੋਨੀ ਕੱਕੜ ਅਤੇ 4-5 ਹੋਰ ਆਰਟਿਸਟ ਸੀਗੇ, ਅਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ 15 ਮਿੰਟ ਦੀ ਪਰਫੋਰਮੈਂਸ ਕਰਨੀ ਹੈ, ਉਹਦੇ ਵਿੱਚ ਇੱਕ ਗਾਣਾ ਤੁਸੀਂ ਤੁਹਾਡੀ ਪਸੰਦ ਦਾ ਪੁਰਾਣਾ ਪਿੱਕ ਕਰਕੇ ਉਹਨੂੰ ਰੀਮੇਕ ਕਰਨਾ ਹੈਗਾ, ਅਤੇ ਮੈਂ ਫਿਰ ਇਹ ਪਿੱਕ ਕੀਤਾ ਸੀਗਾ, ਮੈਂ ਅਤੇ ਫਿਰ ਐਚ ਤਾਮੀ ਨੇ ਇਕੱਠਿਆਂ ਨੇ ਗਾਇਆ ਸੀ ਗਾਣਾ, ਅਤੇ ਅਸੀਂ 2 ਦਿਨ ਹੀ ਹੋਏ ਰਿਲੀਜ਼ ਕੀਤਾ। ਕਿਸ ਤਰ੍ਹਾਂ ਦਾ ਸੌਂਗ ਹੈ ਥੋੜ੍ਹਾ ਦਰਸ਼ਕਾਂ ਨੂੰ? ਹਾਂਜੀ, ਇਹ ਗਾਣਾ ਤਾਂ ਸੁਣ ਕੇ ਮੈਨੂੰ ਪਤਾ ਕਿ ਨੱਚਣਾ ਤਾਂ ਪੈਂਦਾ ਹੀ ਇਹਦੇ ਨਾਲ, ਅਤੇ ਗਾਣਾ ਹੈਗਾ ਦੋਵੇਂ ਜਾਣੀਆਂ, ਮੈਂ ਤੁਹਾਨੂੰ 2 ਲਾਈਨ ਸੁਣਾ ਦਿੰਦਾ ਹੈਗਾ। ਉਹ ਦੋਵੇਂ ਜਾਣੀਆਂ ਗਿੱਧੇ ਦੀਆਂ ਰਾਣੀਆਂ, ਉਹ ਪਾ ਕੇ ਗੋਲ ਗੋਲ ਉਹ ਕੰਨੀ ਵਾਲੀਆਂ, ਹਾਏ ਕਿੰਜ ਨੱਚਦੀਆਂ ਦੇਖੋ ਡੁੱਬ ਜਾਣੀਆਂ, ਉਹ ਮਿੱਤਰਾਂ ਦਾ ਹੋਏ ਹੋਏ ਉਹ ਮਿੱਤਰਾਂ ਦਾ, ਉਹ ਮਿੱਤਰਾਂ ਦਾ ਮਨ ਮੋਣੀਆਂ, ਉਹ ਮੇਰੇ ਹਾਣੀਓ ਝੂਠ ਨਾ ਜਾਣੀਓ, ਉਹ ਨੱਚਦੀਆਂ ਦੋਵੇਂ ਸੋਹਣੀਆਂ, ਉਹ ਨੱਚਦੀਆਂ ਦੋਵੇਂ ਸੋਹਣੀਆਂ। ਅਮੇਜ਼ਿੰਗ।
ਤੁਸੀਂ ਸੇਮ ਟਰੈਕ ਤੁਸੀਂ ਕਿਹਾ ਕਿ ਗਾਣਾ ਉਹ ਹੈ ਜਿਹਦੇ ਨਾਲ ਨੱਚਣ ਨੂੰ ਮਜਬੂਰ ਹੋ ਜਾਂਦਾ, ਸਾਰੇ ਗਾਣੇ ਤੁਹਾਡੇ ਜਿੰਨੇ ਵੀ ਸੌਂਗਸ ਤੁਸੀਂ ਅੱਜ ਤੱਕ ਕੀਤੇ ਆ ਉਹ ਸਾਰੇ ਭੰਗੜਾ ਬੀਟਸ ਦੇ ਉੱਪਰ ਹੈ, ਲੋਕ ਨੱਚਣ ਦੇ ਟੱਪਾਂ 'ਤੇ ਮਜਬੂਰ ਹੋ ਜਾਂਦੇ। ਇੱਕ ਹੀ ਸੇਮ ਟਰੈਕ 'ਤੇ ਚੱਲ ਰਹੇ ਹੋ, ਕੁਛ ਸਲੋ ਸੌਂਗਸ ਵਗੈਰਾ ਕੁਛ ਇਸ ਤਰ੍ਹਾਂ ਦੇ ਸੌਂਗਸ ਨਹੀਂ ਦੇਖਣ ਨੂੰ ਮਿਲੇ? ਦੇਖੋ ਮੈਂ ਗਾਉਂਦਾ ਤਾਂ ਹੈਗਾ, ਸਾਰਾ ਕੁਛ ਗਾਉਂਦਾ, ਮੈਂ ਨੌਨ ਲੈਂਗੁਏਜਿਸ ਦੇ ਵਿੱਚ ਗਾਉਂਦਾ ਹੈਗਾ ਅਤੇ ਸਲੋ ਸੌਂਗਸ ਵੀ ਮੈਂ ਗਾਉਂਦਾ ਹੈਗਾ, ਅਤੇ ਮਾਹੌਲ ਜਦੋਂ ਹੋ ਜਾਏ ਉਦੋਂ ਦਾ ਮੈਂ ਗਾ ਵੀ ਦਿੰਦਾ, ਪਰ ਮੇਰੇ ਜਿਹੜੇ ਆਪਣੇ ਓਰਿਜਨਲ ਜੋ ਮੇਰੇ ਅੰਦਰੋਂ ਨਿਕਲਦਾ ਨਾ ਉਹ ਨਚਾਉਣ ਨੂੰ ਨਿਕਲਦਾ ਹੈਗਾ। ਮੈਂ ਟਰਾਈ ਕੀਤਾ ਕਿ ਰਿਕਾਰਡਿੰਗ ਕਰਾਂ ਪਰ ਪਤਾ ਨਹੀਂ ਕੁਛ ਮੇਰੇ ਨਾਲ ਗੱਲ ਬਣਦੀ ਨਹੀਂ ਹੈ। ਮੈਂ ਬਸ ਇਹੀ ਚਾਹੁੰਦਾ ਕਿ ਮੈਂ ਜਦੋਂ ਗਾਵਾਂ ਅਤੇ ਨਾ ਲੋਕਾਂ ਨੂੰ ਮੈਂ ਨਚਾ ਦੇਵਾਂ, ਉਹ ਵੀ ਖੁਸ਼ੀ ਦੇ ਵਿੱਚ। ਅਤੇ ਇੱਕ ਮੈਨੂੰ ਸੈਡ ਗਾਣਾ ਮੈਂ ਸੋਚਿਆ ਸੀ ਕਿ ਕੁਛ ਅਲੱਗ ਕਰਦੇ, ਇੱਕ ਸੈਡ ਗਾਣਾ ਗਾਉਂਦੇ, ਉਹ ਵੀ ਬੰਦੇ ਬੈਠ ਕੇ ਸੁਣਦੇ ਨਹੀਂ, ਉਹ ਇਹ ਸ਼ਾਇਦ ਸਾਰੇ ਨਾਲੋਂ ਪੰਜਾਬੀਆਂ ਦੇ ਵਿੱਚ ਨਾ ਸਾਰਿਆਂ ਨਾਲੋਂ ਸੈਡ ਗਾਣਾ ਇਹੀ ਹੈਗਾ ਕਿ ਤਾਰੇ ਗਿਣ ਗਿਣ ਯਾਦ ਤੇਰੀ, ਮੈਂ ਤਾਂ ਜਾਗਾਂ ਰਾਤਾਂ ਨੂੰ, ਰੋਕ ਨਾ ਪਾਵਾਂ ਅੱਖੀਆਂ ਵਿੱਚੋਂ ਗਮ ਦੀਆਂ ਬਰਸਾਤਾਂ ਨੂੰ। ਉਹ ਰੋ ਰਿਹਾ ਹੈ ਵਿਚਾਰਾ ਪਰ ਫਿਰ ਵੀ ਬੰਦੇ ਉਹਦੇ 'ਤੇ ਵੀ ਨੱਚਣ ਲੱਗ ਗਏ। ਪਰ ਇਸ ਸੌਂਗ ਨੂੰ ਸਾਰਾ ਜ਼ਿਆਦਾ ਲੋਕ ਪਸੰਦ ਕਰ ਰਹੇ ਨੇ, ਜਿੰਨੇ ਵੀ ਮੈਰਿਜਿਸ ਦੇ ਜਿੰਨੇ ਵੀ ਖੁਸ਼ੀਆਂ ਦੇ ਮੌਕੇ 'ਤੇ ਸਾਰਾ ਜ਼ਿਆਦਾ ਗਾਣਾ ਇਹੀ ਤੁਹਾਡਾ ਲੋਕ ਟਰੈਕ 'ਤੇ ਚੱਲਦਾ ਵਾ। ਮੈਨੂੰ ਲੱਗਦਾ ਉਹਨਾਂ ਨੇ ਕਿਸੇ ਨੇ ਬੈਠ ਕੇ ਸੁਣਿਆ ਨਹੀਂ ਕਿ ਲਿਖਿਆ ਕੀ ਹੈ, ਧਿਆਨ ਨਾਲ ਸੁਣਨਾ ਇੱਕ ਦਿਨ। ਕਰੀਬ 20 ਸਾਲ ਹੋ ਗਏ ਤੁਹਾਡੇ ਇਸ ਸੌਂਗ ਨੂੰ, ਪਰ ਅੱਜ ਕੱਲ੍ਹ ਦੇ ਜੇ ਸੌਂਗਸ ਦੀ, ਅੱਜ ਕੱਲ੍ਹ ਦੇ ਸਿੰਗਰਸ ਦੀ ਗੱਲ ਕਰੀਏ, ਡੇਲੀ ਕੋਈ ਨਾ ਕੋਈ ਸੌਂਗ ਰਿਲੀਜ਼ ਹੋ ਰਿਹਾ, ਪਰ ਉਹਨਾਂ ਦੀ ਜਿਹੜੀ ਹੈਗੀ ਹੈ ਲਾਈਫ ਇੰਨੀ ਨਹੀਂ ਹੁੰਦੀ। ਕੀ ਕਹਿਣਾ ਚਾਹੁੰਗੇ ਤੁਹਾਡੇ ਸੌਂਗਸ 20 ਸਾਲ ਬਾਅਦ ਵੀ ਅੱਜ ਦੇ ਉਹੀ ਨਵਾਂਪਨ ਲੱਗਦਾ, ਅੱਜ ਕੱਲ੍ਹ ਦੇ ਸੌਂਗਸ ਉਸ ਟਰੈਕ 'ਤੇ ਕਿਉਂ ਨਹੀਂ ਚੱਲ ਰਹੇ? ਵੀਰ ਜੀ ਦੇਖੋ ਮੈਂ ਵੀ ਕਾਫੀ ਸੌਂਗਸ ਰਿਲੀਜ਼ ਕੀਤੇ ਸੀਗੇ, ਤੁਹਾਨੂੰ ਦੇਖੋ ਹੁਣ ਸ਼ਾਇਦ ਇੱਕ ਜਾਂ ਦੋ ਯਾਦ ਆਉਂਦੇ, ਪਰ ਪਤਾ ਨਹੀਂ ਕਈ ਗਾਣੇ ਇਸ ਤਰ੍ਹਾਂ ਦੇ ਬਣ ਜਾਂਦੇ, ਜਿੱਦਾਂ ਬਾਲੀਵੁੱਡ 'ਚ ਵੀ ਦੇਖ ਲਓ ਕੋਈ ਗਾਣਾ ਜਿੱਦਾਂ ਕਭੀ ਕਭੀ ਮੇਰੇ ਦਿਲ ਮੇ, ਐਵਰਗ੍ਰੀਨ ਬਣ ਜਾਂਦੇ ਨੇ। ਸੋ ਮੇਰੇ ਖਿਆਲ ਦੇ ਨਾਲ ਸਾਰੀਆਂ ਐਨਰਜੀਜ਼ ਰਾਈਟ ਹੁੰਦੀਆਂ ਅਤੇ ਉਹ ਬਸ ਗਾਣਾ ਇੱਕ ਬਲੈਸਿੰਗ ਹੁੰਦੀ ਹੈ। ਸੋ ਮੇਰੇ ਲਈ ਇੱਕ ਦੋ ਗਾਣੇ ਹੈਗੇ ਜਿਹੜੇ ਨਾ ਬਲੈਸਿੰਗਸ ਹੋ ਗਏ ਨੇ ਕਿ 20 ਸਾਲ ਤੋਂ ਤਾਂ ਚੱਲੀ ਜਾ ਰਹੇ ਨੇ, ਅਤੇ ਅੱਜ ਕੱਲ੍ਹ ਵੀ ਜਿੱਦਾਂ ਹੁਣ ਲੈਂਬਰਗਿਨੀ ਗਾਣਾ ਹੈਗਾ ਕਾਫੀ ਦੇਰ 'ਚੋਂ ਰਿਲੀਜ਼ ਹੋਇਆ ਪਰ ਅਸੀਂ ਗਾਉਂਦੇ ਤਾਂ ਉਹ ਕਾਫੀ ਅੱਛਾ ਬੰਦੇ ਲਾਈਕ ਕਰਦੇ ਨੇ, ਅਤੇ ਮੈਨੂੰ ਪਤਾ ਕਿ ਇੱਕ ਅੱਧਾ ਗਾਣਾ ਤਾਂ ਨਿਕਲ ਹੀ ਜਾਂਦਾ ਤਾਂ ਉਹ ਬਣ ਜਾਂਦਾ, ਬਲੈਸਿੰਗ ਬਣ ਜਾਂਦਾ। ਪੰਜਾਬੀ ਸਿੰਗਰਸ ਦੇ ਜਿਹੜੇ ਅੱਜ ਕੱਲ੍ਹ ਸੌਂਗ ਬੋਲੀਵੁੱਡ ਦੇ ਵਿੱਚ ਕਾਫੀ ਸੁਣੇ ਜਾ ਰਹੇ ਨੇ, ਰੀਮਿਕਸ ਹੋ ਕੇ ਜਾ ਰਹੇ ਨੇ, ਤੁਹਾਡੇ ਵੀ ਸੌਂਗਸ ਜਿਹੜੇ ਹੈਗੇ ਫਿਲਮਸ ਦੇ ਵੀ ਲਗਾਤਾਰ ਨੇ, ਹੁਣ ਨਵਾਂ ਇੱਕ ਸੌਦਾ ਖਰਾ ਖਰਾ ਉਹ ਵੀ ਫਿਲਮ ਰਿਲੀਜ਼ ਹੋ ਰਹੀ ਹੈ, ਕਿਸ ਤਰ੍ਹਾਂ ਦਾ ਲੱਗਦਾ ਕਿ ਰੀਮਿਕਸ ਕਿਸ ਤਰ੍ਹਾਂ ਮਤਲਬ ਕਿ ਬੋਲੀਵੁੱਡ ਦੇ ਵਿੱਚ ਰੀਮਿਕਸ ਦਾ ਜ਼ਿਆਦਾ ਟ੍ਰੈਂਡ ਆ ਬਜਾਏ ਕਿ ਦੂਜੇ ਗਾਣੇ ਪੰਜਾਬ ਦੇ ਸਿੰਗਰ? ਦੇਖੋ ਓਰਿਜਨਲ ਸੌਂਗਸ ਵੀ ਆ ਰਹੇ ਨੇ ਪਰ ਰੀਮਿਕਸ ਦਾ ਇਹਦਾ ਫਾਇਦਾ ਕੀ ਹੁੰਦਾ, ਜਿਹੜਾ ਪੁਰਾਣਾ ਗਾਣਾ ਇੱਕ ਹਿੱਟ ਸੀਗਾ ਉਹ ਜਨਰੇਸ਼ਨ ਦੇ ਵਿੱਚ, ਅਤੇ ਹੁਣ ਜਿਹੜੇ ਬੱਚੇ ਉਦੋਂ ਪੈਦਾ ਹੋਏ ਸੀਗੇ ਜਿਨ੍ਹਾਂ ਨੇ ਸੁਣਿਆ ਨਹੀਂ ਸੀਗਾ ਉਹ ਹੁਣ 20 ਸਾਲ ਦੇ ਹੋ ਗਏ ਨੇ, ਉਹ ਹੁਣ ਸੁਣਨ ਲੱਗ ਗਏ ਨੇ, ਤਾਂ ਸਾਡੇ ਲਈ ਤਾਂ ਬਹੁਤ ਅੱਛਾ ਹੋਇਆ ਕਿ ਸਾਡੇ ਜਿਹੜੇ ਗਾਣੇ ਵਾਪਸ ਰਿਫਰੈਸ਼ ਹੋ ਜਾਂਦੇ ਆ, ਅਤੇ ਮੇਰੇ ਖਿਆਲ ਦੇ ਵਿੱਚ ਤਾਂ ਅੱਛੀ ਗੱਲ ਹੈ, ਅਤੇ ਇੱਕ ਪੁਰਾਣੇ ਗਾਣੇ ਨੂੰ ਨਵਾਂ ਟਵਿਸਟ ਦੇ ਕੇ ਵਾਪਸ ਉਹਨੂੰ ਰਿਲੀਜ਼ ਕਰਨਾ। ਅਤੇ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਰੀਮਿਕਸ ਹੀ ਚੱਲਦੇ ਹੈਗੇ ਨੇ, ਓਰੀਜਨਲ ਗਾਣਾ ਰੀਮਿਕਸ ਨਾਲੋਂ ਜ਼ਿਆਦਾ ਰਿਲੀਜ਼ ਹੋ ਰਹੇ, ਅਸੀਂ ਜੇ ਤੁਸੀਂ ਸਟੈਟਿਸਟਿਕਸ ਦੇਖੋ ਨਾ ਤਾਂ ਸਾਰੇ ਨਵੇਂ ਗਾਣੇ ਜ਼ਿਆਦਾ ਆ ਰਹੇ ਨੇ, ਰੀਮਿਕਸ ਕਿਤੇ ਕਿਤੇ ਹੋ ਰਿਹਾ ਹੈਗਾ। ਜਿਹੜਾ ਹੁਣ ਗੁੱਡ ਨਿਊਜ਼ ਫਿਲਮ ਵਿੱਚ ਆ ਰਿਹਾ ਸੌਦਾ ਖਰਾ ਖਰਾ, ਇਸ ਤਰ੍ਹਾਂ ਕਿਸ ਤਰ੍ਹਾਂ ਇਸਦਾ ਸਬੱਬ ਬਣਿਆ, ਕਿਸ ਤਰ੍ਹਾਂ ਕੌਣ ਕੌਣ ਕਿਸ ਫਿਲਮ ਦੇ ਵਿੱਚ ਕਿਸ ਤਰ੍ਹਾਂ ਟਰੈਕ ਹੈ? ਦਰਮਾ ਫਿਲਮਸ ਗਾਣਾ ਲੱਭ ਰਹੀ ਸੀਗੀ, ਇਹਨਾਂ ਦਾ ਇਹਨਾਂ ਨੂੰ ਇੱਕ ਪਾਰਟੀ ਗਾਣਾ ਚਾਹੀਦਾ ਸੀਗਾ, ਅਤੇ ਮੇਰਾ ਤਾਂ ਡੀਜੇ ਚੇਤਸ ਤੁਸੀਂ ਨਾਮ ਸੁਣਿਆ ਹੋਏਗਾ, ਅਤੇ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਉਹਨਾਂ ਨੂੰ ਇਹ ਗਾਣਾ ਬੜਾ ਪਸੰਦ ਸੀ ਸੌਦਾ ਖਰਾ ਖਰਾ, ਤਾਂ ਕਹਿੰਦੇ ਤੁਹਾਡੇ ਵੋਕਲਸ ਭੇਜ ਦਿਓ, ਮੈਂ ਥੋੜ੍ਹਾ ਐਕਸਪੈਰੀਮੈਂਟ ਕਰ ਰਿਹਾ, ਅਤੇ ਉਹ ਲੈ ਕੇ ਉਹਨਾਂ ਨੇ ਫਿਰ ਧਰਮਾ ਨੂੰ ਪਿੱਚ ਕੀਤਾ ਸੀਗਾ ਅਤੇ ਉਹਨਾਂ ਨੂੰ ਬੜਾ ਪਸੰਦ ਆਇਆ, ਅਤੇ ਫਿਰ ਬੈਠ ਕੇ ਅਸੀਂ ਇਕੱਠਿਆਂ ਨੇ ਥੋੜ੍ਹਾ ਕੰਪੋਜ਼ ਕੀਤਾ ਉੱਪਰ ਨੀਚੇ ਕਰਕੇ, ਦਿਲਜੀਤ ਦੋਸਾਂਝ ਨੇ ਵੋਕਲਸ ਰਿਕਾਰਡ ਕੀਤੇ, ਮੈਂ ਆਪਣੇ ਰਿਕਾਰਡ ਕੀਤੇ, ਅਤੇ ਕੋਰਸ ਸੇਮ ਰੱਖਿਆ, ਬਾਕੀ ਦਾ ਗਾਣਾ ਅਸੀਂ
ਨਵਾਂ ਗਾਣਾ ਬਣਾਇਆ ਵੈਸੇ? ਸੁਖਬੀਰ ਦੇ ਗਾਣੇ ਤਾਂ ਸਾਰੇ ਸੁਣਦੇ ਨੇ, ਪਰ ਸੁਖਬੀਰ ਕਿਸ ਦੇ ਗਾਣੇ ਸੁਣਨਾ ਪਸੰਦ ਕਰਦਾ? ਅੱਜ ਕੱਲ੍ਹ ਦੇ ਜੇ ਸਿੰਗਰਸ ਦੀ ਗੱਲ ਕਰੀਏ, ਪੰਜਾਬ ਦੇ ਸਿੰਗਰਸ ਦੀ ਗੱਲ ਕਰੀਏ, ਸੁਖਬੀਰ ਕਿਸ ਕੌਣ ਸੇ ਸਿੰਗਰਾਂ ਨੂੰ ਸੁਣਨਾ ਪਸੰਦ ਕਰਦਾ? ਦੇਖੋ ਮੇਰਾ ਐਕਸਪੋਜ਼ਰ ਸੱਚ ਕਹੋ ਤਾਂ ਇੰਨਾ ਨਹੀਂ ਹੈਗਾ ਪੰਜਾਬ। ਦੇਖੋ ਜਿੱਦਾਂ ਹੁਣ ਸਿੱਧੂ ਮੂਸੇਵਾਲਾ ਦਾ ਤੁਸੀਂ ਨਾਮ ਲਿਆ, ਅਤੇ ਉਹਨਾਂ ਦੇ ਗਾਣੇ ਮੈਂ ਥੋੜ੍ਹੇ ਥੋੜ੍ਹੇ ਸੁਣੇ ਹੈਗੇ, ਮੈਂ ਪੂਰੇ ਸੁਣੇ ਨਹੀਂ ਹੈਗੇ, ਇੰਨਾ ਫੈਮਿਲੀਅਰ ਨਹੀਂ ਹੈਗਾ। ਸਾਰਿਆਂ ਤੋਂ ਟੌਪ 'ਤੇ ਮੇਰੇ ਲਈ ਦਿਲਜੀਤ ਦੋਸਾਂਝ ਹੈਗੇ ਨੇ, ਉਹਨਾਂ ਦੇ ਗਾਣੇ ਮੈਨੂੰ ਬੜੇ ਅੱਛੇ ਲੱਗਦੇ, ਮੈਂ ਖੁਦ ਵੀ ਗਾਉਂਦਾ ਹੈਗਾ, ਜਿੱਦਾਂ ਭੰਜ ਤਾਰਾ ਟਿੱਕੀ ਉੱਥੇ ਨਾ, ਬੜੇ ਬੜੇ ਅੱਛੇ ਉਹਨਾਂ ਦੇ ਗਾਣੇ ਹੈਗੇ, ਪਟਿਆਲਾ ਪੈਗ ਕਿੰਨੇ, ਅਤੇ ਮੈਂ ਗਾਉਂਦਾ ਬੜੀ ਖੁਸ਼ੀ ਨਾਲ ਗਾਉਂਦਾ, ਅਤੇ ਮੈਂ ਉਹਨਾਂ ਦਾ ਬੜਾ ਵੱਡਾ ਫੈਨ ਹੈਗਾ, ਅਤੇ ਅਸੀਂ ਦੋਸਤ ਵੀ ਬਣ ਗਏ ਹੁਣ, ਸੋ ਗੁੱਡ ਨਿਊਜ਼ ਦੇ ਵਿੱਚ ਅਸੀਂ ਇਕੱਠਿਆਂ ਨੇ ਕੰਮ ਕੀਤਾ ਸੀ, ਅਤੇ ਬੜੇ ਅੱਛੇ ਇਨਸਾਨ ਵੀ ਹੈਗੇ, ਡਾਊਨ ਟੂ ਅਰਥ, ਮੈਨੂੰ ਬੜੇ ਪਸੰਦ ਹੈਗੇ। ਦਿਲਜੀਤ ਤੋਂ ਇਲਾਵਾ ਹੋਰ ਕਿਹੜੇ ਸਿੰਗਰ? ਜਸ ਮਾਨਕ ਦਾ ਇੱਕ ਹੁਣ ਮੈਨੂੰ ਇੱਕ ਦੋ ਗਾਣੇ ਉਹਨਾਂ ਦੇ ਬੜੇ ਅੱਛੇ ਲੱਗਦੇ, ਜਿੱਦਾਂ ਲਹਿੰਗਾ ਅਤੇ ਬੜਾ ਗਲੋਬਲੀ ਹਿੱਟ ਹੋ ਗਿਆ, ਅਤੇ ਉਹ ਵੀ ਮੈਂ ਅਜੇ ਸਿੱਖ ਰਿਹਾ, ਮੈਂ ਵੀ ਗਾਣਾ ਹੈਗਾ। ਸੋ ਜਸ ਮਾਨਕ ਹੈਗੇ ਨੇ, ਜੈਸਮਿਨ ਸੈਂਡਲਸ ਲੱਗਦਾ ਕੈਨੇਡਾ ਦੀ ਹੈਗੀ, ਪਰ ਉਹਦਾ ਜਿਹੜਾ ਪੰਜਾਬੀ ਰੂਟਸ ਹੈਗੇ ਬਹੁਤ ਸਟਰੋਂਗ ਹੈਗੇ ਨੇ। ਸਿੱਧੂ ਮੂਸੇਵਾਲੇ ਦਾ ਤੁਸੀਂ ਜ਼ਿਕਰ ਕੀਤਾ, ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦੇ ਵਿੱਚ ਆਪਸ ਦੇ ਵਿੱਚ ਅੱਜ ਕੱਲ੍ਹ ਇੱਕ ਸੌਂਗ ਵਾਰ ਚੱਲ ਰਹੀ ਹੈ, ਸ਼ੋਜ਼ ਦੇ ਵਿੱਚ ਇੱਕ ਦੂਜੇ ਨੂੰ ਜਵਾਬ ਦੇਣ ਵਾਸਤੇ ਸੌਂਗ ਨਵੇਂ ਲਿਖੇ ਜਾਂਦੇ ਨੇ ਸ਼ੋਜ਼ ਦੇ ਵਿੱਚ ਜਵਾਬ, ਕੀ ਲੱਗਦਾ ਕਿ ਜਿਹੜਾ ਪੰਜਾਬੀ ਸਿੰਗਰਸ ਦਾ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ, ਉਸਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਗੱਲ ਮੈਂ ਅੱਜ ਸੁਣੀ ਹੈ, ਇਸ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਟੂ ਐਂਡ ਫਰੋ ਚੱਲ ਰਿਹਾ ਹੈਗਾ, ਅਤੇ ਪਬਲਿਕ ਦੀ ਰਿਸਪੋਂਸ ਕੀ ਹੈਗੀ? ਤੁਸੀਂ ਸ਼ਾਇਦ ਮੇਰੇ ਨਾਲੋਂ ਬਿਹਤਰ ਜਾਣਦੇ ਹੋਗੇ, ਪਬਲਿਕ ਦਾ ਰਿਐਕਸ਼ਨ ਕੀ ਹੁੰਦਾ ਇਹ ਗੱਲਾਂ? ਸੋਸ਼ਲ ਮੀਡੀਆ 'ਤੇ ਕਾਫੀ ਫੇਮਸ ਹੋ ਰਿਹਾ, ਕਾਫੀ ਜਿਹੜਾ ਇਹਨਾਂ ਦਾ ਰਿਐਕਸ਼ਨ ਹੈ ਇੱਕ ਦੂਜੇ ਪ੍ਰਤੀ, ਲੋਕ ਕਾਫੀ ਉਹਨੂੰ ਕੰਟਰੋਵਰਸੀ ਨੂੰ ਕਾਫੀ ਹਾਈਪ ਦੇ ਰਹੇ ਨੇ। ਹਾਂਜੀ, ਕਦੀ ਕਦੀ ਐਡਵਾਂਟੇਜ ਵੀ ਹੋ ਜਾਂਦਾ ਕਿ ਅਟ੍ਰੈਕਸ਼ਨ ਜ਼ਿਆਦਾ ਮਿਲ ਜਾਂਦੀ ਹੈ, ਸ਼ਾਇਦ ਪਤਾ ਨਹੀਂ ਉਹਨਾਂ ਦੀ ਕੋਈ ਪਰਸਨਲ ਰਾਈਵਲਰੀ ਹੈਗੀ, ਮੈਨੂੰ ਇਹਦੇ ਵਿੱਚ ਇੰਨੀ ਨੌਲੇਜ ਨਹੀਂ ਹੈਗੀ ਵੀਰ ਜੀ। ਤੁਸੀਂ ਸਾਰੇ ਸੌਂਗ ਜਿਹੜੇ ਹੈਗੇ ਆ ਭੰਗੜੇ ਵਾਲੇ ਲਵ ਟਰੈਕ ਦੇ ਉੱਤੇ ਕਿਤੇ, ਪਰ ਅੱਜ ਕੱਲ੍ਹ ਸੌਂਗ ਦੇ ਵਿੱਚ ਹਥਿਆਰਾਂ ਦੀ ਗੱਲ ਹੁੰਦੀ ਹੈ, ਲੜਾਈ ਮਾਰ ਕੁਟਾਈ ਦੀ ਗੱਲ ਹੋ ਰਹੀ ਹੈ, ਪਿੱਛੇ ਸਿੰਗਰਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਮਾਰ ਕੁਟਾਈ ਹੋ ਰਹੀ ਹੈ, ਰਮੀ ਰੰਧਾਵਾ ਅਤੇ ਐਲੀ ਮਾਂਗਟ ਆਪਸ ਦੇ ਵਿੱਚ ਜਿਹੜੀ ਕੰਟਰੋਵਰਸੀ ਨੂੰ ਲੈ ਕੇ ਦੋਨਾਂ ਦੇ ਉੱਤੇ FIRs ਵਗੈਰਾ ਦਰਜ ਹੋਈਆਂ, ਕੀ ਕਹਿਣਾ ਚਾਹੁੰਗੇ? ਸਿੰਗਰਸ ਜਿਹੜੇ ਨੇ ਇੱਕ ਨਵੇਂ ਟਰੈਕ 'ਤੇ ਚੱਲ ਰਹੇ ਨੇ, ਸਾਡੇ ਜ਼ਮਾਨੇ 'ਚ ਤਾਂ ਕੁਛ ਹੁੰਦਾ ਨਹੀਂ ਸੀਗਾ, ਅਤੇ ਪਤਾ ਨਹੀਂ ਹੈ ਬਹੁਤ ਕੁਛ ਨਵਾਂ ਹੀ ਹੋ ਰਿਹਾ, ਸ਼ਾਇਦ ਕੋਈ ਰਾਈਵਲਰੀ ਹੋ ਜਾਂਦੀ ਹੈ, ਹੋਣੀ ਤਾਂ ਨਹੀਂ ਚਾਹੀਦੀ ਵੈਸੇ, ਪਰ ਜਦੋਂ ਤੁਸੀਂ ਇੱਕ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਹੁੰਦਾ, ਤਾਂ ਕਦੀ ਕਦੀ ਇੱਕ ਅਸੀਂ ਉਹਨੂੰ ਲੈਂਦੇ ਹੈਗੇ ਹੈਲਦੀ ਕੰਪੀਟੀਸ਼ਨ, ਕਿ ਉਹਨਾਂ ਦਾ ਗਾਣਾ ਚੱਲ ਰਿਹਾ, ਉਹਨਾਂ ਦੇ ਵਿੱਚ ਯੂਨੀਕ ਗੱਲ ਕੀ ਹੈਗੀ ਆ, ਅਤੇ ਸ਼ਾਇਦ ਅਸੀਂ ਵੀ ਅਡੈਪਟ ਕਰ ਸਕਦੇ ਹਾਂ, ਜੇ ਲੋਕਾਂ ਨੂੰ ਇਹ ਪਸੰਦ ਹੁੰਦਾ ਤਾਂ ਸ਼ਾਇਦ ਅਸੀਂ ਵੀ ਸਾਡਾ ਮਿਊਜ਼ਿਕ ਥੋੜ੍ਹਾ ਜਿਹਾ ਟਵੀਕ ਕਰਕੇ ਚੇਂਜ ਕਰਕੇ ਉਹਨਾਂ ਨੂੰ ਅਸੀਂ ਪੇਸ਼ ਕਰਦੇ ਹੈਗੇ, ਪਰ ਝਗੜੇ ਤੱਕ ਤਾਂ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ, ਅਤੇ ਆਈ ਥਿੰਕ ਸਟੇਟ ਆਫ ਮਾਈਂਡ, ਸਟੇਟ ਆਫ ਹਾਰਟ, ਸਟੇਟ ਆਫ ਸਾਰਿਆਂ ਦਾ ਆਪਣਾ ਆਪਣਾ ਹੁੰਦਾ, ਅਤੇ ਮੈਂ ਕਦੀ ਪਰਸਨਲੀ ਨਹੀਂ ਲੈਂਦਾ ਇਹਨੂੰ, ਕਦੀ ਮੈਂ ਸੋਚਿਆ ਨਹੀਂ ਕਿ ਯਾਰ ਉਹ ਸਿੰਗਰ ਨੇ ਇਹ ਲਿਖਿਆ ਮੈਨੂੰ ਇਹ ਲਿਖਣਾ ਚਾਹੀਦਾ, ਅਤੇ ਮੈਂ ਕੰਪੀਟ ਹੀ ਨਹੀਂ ਕਰਦਾ ਕਿਸੇ ਦੇ ਨਾਲ। ਤੁਸੀਂ ਆਪਣਾ ਇੱਕ ਰਸਤਾ ਹੈਗਾ, ਉਹਨੂੰ ਫੋਲੋ ਕਰੋ, ਜੋ ਤੁਹਾਡੇ ਦਿਲ ਦੇ ਵਿੱਚ ਆਵੇ ਤੁਸੀਂ ਆਪਣੇ ਲਿਸਨਰਸ ਨੂੰ ਕਹੋ, ਕਿਸੇ ਨਾਲ ਕੋਈ ਜ਼ਰੂਰਤ ਨਹੀਂ ਹੈਗੀ ਵੈਸੇ ਮੇਰੇ ਖਿਆਲ 'ਚ। ਕੀ ਲੱਗਦਾ ਸੋਸ਼ਲ ਮੀਡੀਆ ਦੇ, ਜਿਸ ਤਰ੍ਹਾਂ ਸੋਸ਼ਲ ਮੀਡੀਆ ਦਿਨ ਬਰ ਦਿਨ ਇਨਕਰੀਜ਼ ਹੁੰਦਾ ਜਾ ਰਿਹਾ, ਉਸ ਦੇ ਚੱਕਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਹਾਈਪ ਕ੍ਰੀਏਟ ਕਰਨ ਵਾਸਤੇ ਇਸ ਤਰ੍ਹਾਂ ਦੇ ਇਸ਼ੂ ਸਾਹਮਣੇ ਆ ਰਹੇ ਨੇ? ਮੈਨੂੰ ਪਤਾ ਨਹੀਂ ਇਹਨਾਂ ਦਾ ਇਸ਼ੂ ਕੀ ਹੈਗਾ। ਜੇ ਤੁਸੀਂ ਸਾਰੇ ਟੌਪ ਪੰਜਾਬੀ ਸਿੰਗਰਸ ਜਿੱਦਾਂ ਗੁਰੂ ਰੰਧਾਵਾ ਦਾ ਐਗਜ਼ਾਮਪਲ ਲੈ ਲਓ, ਕੁਛ ਕੋਈ ਰਾਈਵਲਰੀ ਮੈਂ ਦੇਖੀ ਨਹੀਂ ਹੈਗੀ, ਵੈਰੀ ਸਕਸੈਸਫੁਲ, ਜ਼ਰੂਰਤ ਨਹੀਂ ਹੈਗੀ। ਤੁਸੀਂ ਅੱਛਾ ਗਾਣਾ ਬਣਾਓ, ਉਹਦੀ ਅਟ੍ਰੈਕਸ਼ਨ ਅੱਛੀ ਹੁੰਦੀ ਹੈ, ਸੋਸ਼ਲ ਮੀਡੀਆ ਆਟੋਮੈਟਿਕਲੀ ਆ ਜਾਏਗਾ, ਤੁਹਾਡੇ ਫੈਨ ਬੇਸ ਵੱਧਦੇ ਹੈਗੇ। ਆਈ ਡੋਂਟ ਥਿੰਕ ਇਟਸ ਨੈਸੈਸਰੀ ਕਿ ਤੁਸੀਂ ਝਗੜੇ ਦੇ ਵਿੱਚ ਪਾਓ, ਐਮੀਕੇਬਲੀ ਰਿਜ਼ੋਲਵ ਕਰਕੇ ਸ਼ਾਇਦ ਇੱਕ ਗਾਣਾ ਇਕੱਠਾ ਕਰ ਲਓ ਤੁਸੀਂ। ਆਈ ਡੋਂਟ ਨੋ, ਮੈਂ ਇੰਨਾ ਫੈਮਿਲੀਅਰ ਨਹੀਂ ਪੰਜਾਬ ਦੇ ਵਿੱਚ ਕਿ ਤੁਸੀਂ, ਮੈਂ ਅੱਜ ਪਹਿਲੀ ਵਾਰੀ ਸੁਣਿਆ ਕਿ ਇੱਥੇ ਕਾਫੀ ਇਹ ਚੱਲਦਾ ਹੈਗਾ,
ਵੈਸੇ ਮੇਰੇ ਹਿਸਾਬ ਨਾਲ ਜੇ ਨਾ ਹੋਵੇ ਤਾਂ ਅੱਛਾ ਹੋਵੇਗਾ। ਪੰਜਾਬੀ ਭਾਸ਼ਾ ਨੂੰ ਲੈ ਕੇ ਪਿਛਲੇ ਦਿਨਾਂ 'ਚ ਕਾਫੀ ਇਸ਼ੂ ਬਣਿਆ ਰਿਹਾ, ਸ਼ਾਇਦ ਉਹ ਤੁਹਾਡੀ ਨੌਲੇਜ ਹੋ ਜਾਵੇ। ਗੁਰਦਾਸ ਮਾਨ ਫੋਰਨ ਗਏ ਸੀਗੇ, ਉੱਥੇ ਉਹਨਾਂ ਵੱਲੋਂ ਇੱਕ ਸਟੇਜ ਦੇ ਉੱਤੇ ਆਪਣੀ ਜਿਹੜੀ ਫੀਲਿੰਗ ਸ਼ੇਅਰ ਕੀਤੀ ਗਈ ਸੀ, ਉਸ ਨੂੰ ਲੈ ਕੇ ਕਾਫੀ ਵਿਵਾਦ ਹੈ। ਤੁਸੀਂ ਵੀ ਪੰਜਾਬੀ ਪੰਜਾਬ ਨੂੰ ਬਿਲੋਂਗ ਕਰਦੇ ਹੋ, ਪੰਜਾਬੀ ਦੇ ਸਿੰਗਰ ਹੋ, ਕੀ ਕਹਿਣਾ ਚਾਹੁੰਗੇ ਭਾਸ਼ਾ ਨੂੰ ਲੈ ਕੇ ਜਿਹੜਾ ਇੱਕ ਗੁਰਦਾਸ ਮਾਨ ਜੀ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਭਾਸ਼ਾ ਨੂੰ ਲੈ ਕੇ, ਉਸ ਦੇ ਬਾਰੇ ਕੀ ਰਿਹਾ ਹੈ? ਭਾਅ ਜੀ, ਇਹ ਸਿਚੁਏਸ਼ਨ ਮੈਂ ਥੋੜ੍ਹੀ ਜਿਹੀ ਮੇਰੇ ਮਾਇੰਡ 'ਚ ਆਈ ਸੀ ਕਿ ਮੈਂ ਤਾਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਅੰਡਰਸਟੈਂਡ ਨਹੀਂ ਕੀਤਾ ਕਿ ਇਸ਼ੂ ਕੀ ਹੈਗਾ। ਅਤੇ ਮੇਰੇ ਦੋਸਤਾਂ ਨੇ ਮੈਨੂੰ ਥੋੜ੍ਹਾ ਜਿਹਾ ਦੱਸਿਆ ਸੀ ਕਿ ਗੁਰਦਾਸ ਮਾਨ ਜੀ ਦੇ ਨਾਲ, ਪਰ ਉਹਨਾਂ ਦਾ ਜਿਹੜਾ ਕੰਮ ਹੈਗਾ ਅਤੇ ਬਹੁਤ ਸਾਡੀ ਰਿਸਪੈਕਟ ਅਤੇ ਉਹਨਾਂ ਦੀ ਟੈਲੈਂਟ ਦੇ ਉੱਪਰ ਹੈਗਾ। ਅਤੇ ਪਰਸਨਲੀ ਜੋ ਉਹਨਾਂ ਨੇ ਕਿਹਾ ਸੀ ਮੈਂ ਇੰਨਾ ਅਵੇਅਰ ਨਹੀਂ ਹੈਗਾ, ਪਰ ਮੈਂ ਥੋੜ੍ਹਾ ਰੀਸਰਚ ਕਰਕੇ ਸ਼ਾਇਦ ਨੈਕਸਟ ਟਾਈਮ ਤੁਹਾਨੂੰ ਮੈਂ ਦੱਸਾਂਗਾ। ਪਰ ਇਹਦੇ ਉੱਪਰ ਮੇਰੀ ਓਪੀਨੀਅਨ ਤਾਂ ਬਹੁਤ ਨਿਊਟਰਲ ਰਹੇਗੀ, ਬਟ ਐਜ਼ ਐਨ ਆਰਟਿਸਟ ਉਹਨੇ ਜੋ ਸਾਨੂੰ ਮਿਊਜ਼ਿਕ ਦਿੱਤਾ ਹੈਗਾ ਕਿੰਨੇ ਸਾਲਾਂ ਤੋਂ ਹੀ ਦਿੰਦੇ ਆ ਰਹੇ ਨੇ, ਗ੍ਰੇਟ, ਆਈ ਮੀਨ ਦ ਮਿਊਜ਼ਿਕ ਪਾਰਟ ਟੈਲੈਂਟ, ਯੂ ਨੋ, ਲੋਟ ਆਫ ਰਿਸਪੈਕਟ। ਹੁਣ ਪ੍ਰੋਜੈਕਟ ਕੀ ਚੱਲ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ? ਹੁਣ ਨਵਾਂ ਇੱਕ ਤਾਂ ਲੈ ਕੇ ਆਏ, ਉਸ ਤੋਂ ਇਲਾਵਾ ਕੀ ਪ੍ਰੋਜੈਕਟ? ਸੋ ਅਸੀਂ ਦੋਵੇਂ ਜਾਣੇ ਰਿਲੀਜ਼ ਕਰ ਦਿੱਤਾ ਹੈਗਾ, ਇਸ ਤੋਂ ਬਾਅਦ ਸੌਦਾ ਖਰਾ ਖਰਾ ਫਿਲਮ 'ਚ ਆ ਰਿਹਾ ਹੈਗਾ। ਉਸ ਤੋਂ ਇਲਾਵਾ ਮੇਰਾ ਫਿਰ ਪਹਿਲਾਂ ਓਰੀਜਨਲ ਗਾਣਾ ਜੋ ਰੈਡੀ ਹੋ ਗਿਆ, ਉਹਦੀ ਵੀਡੀਓ ਵੀ ਰੈਡੀ ਹੋ ਗਈ, ਉਹ ਫਿਰ ਅਸੀਂ ਅਗਲੇ ਸਾਲ ਰਿਲੀਜ਼ ਕਰਾਂਗੇ। ਉਹਦਾ ਟਾਈਟਲ ਹੈਗਾ ਨੱਚ ਦੀ। ਇੱਕ ਸੌਂਗ ਦਰਸ਼ਕਾਂ ਵਾਸਤੇ ਲਾਸਟ, ਉਹ ਦੋਵੇਂ ਜਾਣੀਆਂ ਗਿੱਧੇ ਦੀਆਂ ਰਾਣੀਆਂ, ਉਹ ਪਾ ਕੇ ਗੋਲ ਗੋਲ ਉਹ ਕੰਨੀ ਵਾਲੀਆਂ, ਹਾਏ ਕਿੰਜ ਨੱਚਦੀਆਂ ਦੇਖੋ ਡੁੱਬ ਜਾਣੀਆਂ, ਉਹ ਮਿੱਤਰਾਂ ਦਾ ਹੋਏ ਹੋਏ ਉਹ ਮਿੱਤਰਾਂ ਦਾ, ਉਹ ਮਿੱਤਰਾਂ ਦਾ ਮਨ ਮੋਣੀਆਂ, ਉਹ ਮੇਰੇ ਹਾਣੀਓ ਝੂਠ ਨਾ ਜਾਣੀਓ, ਉਹ ਨੱਚਦੀਆਂ ਦੋਵੇਂ ਸੋਹਣੀਆਂ, ਉਹ ਨੱਚਦੀਆਂ ਦੋਵੇਂ ਸੋਹਣੀਆਂ, ਦਿਲ ਦੇਣਾ ਦਿਲ ਲੈਣਾ। ਐ ਸੀ ਹੁਣ ਗੁੱਡ ਨਿਊਜ਼ ਆ ਰਹੇਗਾ, ਦਿਲ ਦੇਣਾ ਦਿਲ ਲੈਣਾ, ਐ ਸੌਦਾ ਖਰਾ ਖਰਾ, ਐ ਸੌਦਾ ਖਰਾ ਖਰਾ। ਇਹ ਗਾਣਾ ਮੇਰੇ ਪਿਤਾ ਜੀ ਨੇ ਲਿਖਿਆ ਸੀ, ਤੋ ਵੈਰੀ ਕਲੋਜ਼ ਟੂ ਮਾਈ ਹਾਰਟ, ਤੋ ਲੁਕਿੰਗ ਫੋਰਵਰਡ ਐਜ ਰਿਲੀਜ਼ ਹੋ ਰਿਹਾ ਅਤੇ ਵੈਰੀ ਐਕਸਾਈਟਿਡ। ਥੈਂਕ ਯੂ ਸੋ ਵੈਰੀ ਮਚ। ਇਹ ਸੀਗੇ ਸੁਖਬੀਰ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਜਿਹੜੇ ਨਵੇਂ ਸੌਂਗਸ ਲੈ ਕੇ ਆਏ ਉਹਨਾਂ ਬਾਰੇ ਦੱਸਿਆ, ਅਤੇ ਜੋ ਸਿੰਗਰਸ ਦੇ ਵਿੱਚ ਆਪਸ ਦੇ ਕੰਪੀਟੀਸ਼ਨ ਚੱਲ ਰਿਹਾ, ਉਹਨਾਂ ਦਾ ਕਹਿਣਾ ਕਿ ਸਿੰਗਰਸ ਨੂੰ ਹੈਲਦੀ ਕੰਪੀਟੀਸ਼ਨ ਕਰਨਾ ਚਾਹੀਦਾ ਬਜਾਏ ਕਿ ਲੜਾਈ ਝਗੜੇ ਦੇ। ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਪੰਜਾਬੀ ਜਿਹੜੇ ਸਿੰਗਰਸ ਨੇ ਆਪਸ ਉਹਨਾਂ ਦੀ ਕੰਟਰੋਵਰਸੀ ਕੀ ਰੰਗ ਲੈਂਦੀ ਹੈ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ, ਲੁਧਿਆਣਾ।